ਅਸਲਾਮ ਵਾਲੇਕੁਮ ਬਬਲੀ ਵਿਲੇਜ ਜੇ ਤੁਹਾਨੂੰ ਖੁਸ਼ਾਮਦਿਦ ਉਮੀਦ ਕਰਦੀ ਹਾਂ ਮੇਰੇ ਸਾਰੇ ਭੈਣ ਭਰਾ ਖੈਰੀਅਤ ਨਾਲ ਹੋਣਗੇ ਤੇ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਮੈਂ ਵੀ ਖੈਰੀਅਤ ਨਾਲ ਹਾਂ ਤੇ ਤੇ ਨਾਲ ਹੀ ਅੱਜ ਦੀ ਵੀਡੀਓ ਦਾ ਆਗਾਜ਼ ਕਰਦੇ ਹਾਂ ਤੇ ਅੱਜ ਦੀ ਵੀਡੀਓ ਦਾ ਜਿਹੜਾ ਸਾਡਾ ਟਾਈਟਲ ਹੈਗਾ ਵਾ ਕਿ ਉਹ ਇਬਰਾਰ ਅਰਾਈ ਨੇ YouTube ਨੂੰ ਛੋੜ ਦਿੱਤੀ ਤੇ ਮੇਰੇ ਬਹੁਤ ਸਾਰੇ ਭੈਣ ਭਰਾ ਸਵਾਲ ਕਰਨਗੇ ਕਿ ਇਬਰਾਰ ਅਰਾਈ ਕੌਣ ਆ ਤਾਂ ਕਾਫੀ ਸਾਰੇ ਮੇਰੇ ਭੈਣ ਭਰਾ ਜਿਹੜੇ ਹੈਗੇ ਉਹ ਜਾਣਦੇ ਵੀ ਹੋਣਗੇ ਕਿਉਂਕਿ ਜੇ ਡੇਲੀ ਰੁਟੀਨ ਆਲੀ ਆ ਉਹਦੇ بیٹے ਤੋਂ ਅਮਸ਼ੂਰਾ ਕੇ ਇਬਰਾਰਾ ਰਾਈ ਉਹਦਾ ਬੇਟਾ ਵਾ ਲੇਕਿਨ ਹਕੀਕਤ ਆਵਾ ਕੇ ਇਬਰਾਰਾ ਰਾਈ ਡੇਲੀ ਰੂਟੀਨ ਅਲੀ ਦਾ ਬੇਟਾ ਨਹੀਂ ਬਲਕੇ ਉਹਦੇ ਦੇਵਰ ਦਾ ਬੇਟਾ ਵਾ ਤੇ ਇਬਰਾਰ ਰਾਈ ਜਿਹੜਾ ਹੈਗਾ ਨਾ ਡੇਲੀ ਰੂਟੀਨ ਚੈਨਲ ਦਾ ਹਿੱਸੇਵਾਰ ਆ ਯਾਨੀ ਕਿ ਪਾਰਟਨਰ ਆ ਕਿ ਆ ਚੈਨਲ ਇਬਰਾਰਾ ਰਾਈ ਨੇ ਬਣਾਇਆ ਸੀ ਡੇਲੀ ਰੂਟੀਨ ਵਾਲਾ ਔਰ ਸ਼ੁਰੂ ਵਿੱਚ ਉਹਨੇ ਵੀ ਵੀਡੀਓ ਬਣਾਈਆਂ ਲੇਕਿਨ ਵਾਇਰਲ ਨਹੀਂ ਹੋਈਆਂ ਉਹਨੂੰ ਇੱਕ ਔਰਤ ਦੀ ਜ਼ਰੂਰਤ ਸੀ ਕਿ ਜਿਹੜੀ ਸਾਹਮਣੇ ਆਵੇ ਤੇ ਉਹਦਾ ਸਾਥ ਦੇਵੇ ਤੇ ਤਾਂ ਕਿ ਉਹ ਵਾਇਰਲ ਹੋਵੇ ਤੇ ਉਹਦੇ ਲਈ ਜਿਹੜਾ ਨਾ ਉਹਨੇ ਆਪਣੀ ਚਾਚੀ ਯਾਨੀ ਕਿ ਮੁਖਤਿਆਰਾ ਮਾਈ ਦਾ ਇੰਤਖਾਬ ਕੀਤਾ ਤੇ ਉਹਦੇ ਵੀ ਹਾਲਾਤ ਐਸੇ ਸਨ ਕਿ ਉਹ ਕਪਾਵਾਂ ਚੁੰਨਦੀ ਸੀ ਲੋਕਾਂ ਦੇ ਘਰਾਂ ਦੇ ਕੰਮ ਕਰਦੀ ਸੀ ਇਸ ਤੋਂ ਇਲਾਵਾ ਜਿਹੜਾ ਨਾ ਵੀ ਜਿੱਦਾਂ ਜਾਨਵਰਾਂ ਦੇ ਪੱਠੇ ਵਗੈਰਾ ਬਣਾਣੇ ਤੇ ਵੀ जानवरों ਨੂੰ ਘਰੇਜ ਪਾਲਣਾ ਆ ਉਹਨਾਂ ਦਾ ਸ਼ੋਭਾ ਸੀ ਤੇ ਕਿਉਂਕਿ ਮਿਹਨਤ ਜਿਹੜੀ ਆ ਉਹ ਫਿਰ ਇਨਸਾਨ ਨੂੰ ਥਕਾ ਦਿੰਦੀ ਆ ਤੇ ਉਹਨਾਂ ਨੇ ਕਿਹਾ ਚਲੋ ਆ ਉਦਾਂ ਕਿਹੜਾ ਮੈਂ ਪਰਦਾ ਕਰਦੀ ਆ ਤੇ ਅਗਰ ਫਿਰ ਹੋਵੇ ਵੀ ਘਰ ਦੀ ਫੈਮਿਲੀ ਵੀ ਕਹਵੇ ਇਨਸਾਨ ਨੂੰ ਕਿ ਆ ਕੰਮ ਕਰਨਾ ਤੇ ਉਹਨਾਂ ਨੇ ਇਹਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਤੇ ਫਿਰ ਹੌਸੇ-ਹੌਸੇ ਉਹਨਾਂ ਦਾ ਚੈਨਲ ਜਿਹੜਾ ਤਰੱਕੀ ਕਰ ਗਿਆ ਤੇ ਫਿਰ ਪੂਰੀ ਫੈਮਿਲੀ ਨੇ ਚੈਨਲ ਬਣਾ ਲਿਆ ਔਰ ਸਾਰਿਆਂ ਦੇ ਵਾਇਰਲ ਹੋ ਗਿਆ ਇbrar ਰਾਈਂ ਦਾ ਵੀ ਬਾਬਰ ਰਾਈਂ ਇਹਨਾਂ ਦੀ ਤਕਰੀਬਨ ਫਿਰ ਪੂਰੀ ਜਿਹੜੀ ਖਾਨਦਾਨ ਤੇ ਬਲਕੇ ਪੂਰੇ ਇਲਾਕੇ ਵਾਲਿਆਂ ਦੇ ਚੈਨਲ ਬਣ ਗਏ ਤੇ ਕਾਫੀ ਦਿਨਾਂ ਪਹਿਲਾਂ ਜਿਹੜਾ ਨਾ ਮੁਖਤਿਆਰਮ ਇੱਕ ਵੀਡੀਓ ਚ ਆਪਣੀ ਅਰਨਿੰਗ ਵਗੈਰਾ ਦੇ ਬਾਰੇ ਦੱਸਿਆ ਵਾ ਕਿ ਕਿਸ ਤਰ੍ਹਾਂ ਉਹਦੀ ਜਿਹੜੀ ਆ ਨਾ ਇੱਕ ਮਹੀਨੇ ਦੀ 3 ਲੱਖ ਅਰਨਿੰਗ ਹੁੰਦੀ ਆ ਤੇ ਜਿਹੜਾ ਨਾ ਇbrar ਰਾਈਂ ਉਹ ਬਗੈਰ ਵੀ ਚੈਨਲ ਤੇ ਕੰਮ ਕੀਤੇ ਬਗੈਰ ਉਹਦਾ ਨਾ ਪੀ ਮਹੀਨੇ ਦਾ ਉਹ 6 ਲੱਖ ਕਮਾ ਲੈਂਦਾ ਵਾ ਤੇ ਮੈਨੂੰ ਇੱਥੇ ਆ ਲੱਗਦਾ ਵਾ ਕਿ ਮੈਂ ਕਿਹੜਾ ਚਾਹਾਂਗੀ ਕਿ ਸ਼ਹਿਰ ਦੇ ਲੋਕ ਤਬਦਨਾਮ ਹੁੰਦੇ ਆ ਕਿ ਉਹ ਨਾ ਚਲਾਕ ਤੇ ਮਕਾਰ ਹੁੰਦੇ ਆ ਜਿਹੜੇ ਆvarthetaੀ ਲੋਕ ਆ ਜਿਨ੍ਹਾਂ ਨੂੰ ਅਸੀਂ ਬਿਲਕੁਲ ਸਾਦਾ ਸਮਝ ਰਏ ਸੀ ਕਿ ਜਿਨ੍ਹਾਂ ਨੂੰ ਅਲਫ਼ ਵੇ ਵੀ ਨਹੀਂ ਪਤਾ ਉਹਨਾਂ ਨੇ ਮਕਾਰੀਏ ਸੀ ਤੇ ਜਿਹੜਾ ਨਾ ਮੌਕਾ ਪ੍ਰਸਤੀ ਹੈ ਸ਼ਹਿਰ ਦੇ ਲੋਗਾਂ ਨੂੰ ਪਿੱਛੇ ਛੱਡਦਾ ਇੱਥੇ ਮੈਂ ਸਵਾਲ ਕਰਾਂਗੀ ਕਿ ਜਿਹੜੇ ਆਈ ਬਰਾਰ ਆ ਰਹੀਆਂ ਪੀ ਬਕਾਲ ਮੁਖਤਿਆਰਾ ਮਾਇਦੇ ਕੇ ਆਨਾ ਪੇ ਔਨਲਾਈਨ 6 ਲੱਖ ਮਹੀਨੇ ਦੀ ਅਰਨ ਕਰ ਰਿਆ ਵਾ ਪੀ ਅਦਕਲ ਮੈਂ ਪੁੱਛਾਂਗੀ ਕਿ ਕਿਹੜਾ ਇਹਦੇ ਕੋਲ ਐਸਾ ਬਿਜ਼ਨਸ ਹੈਗਾ ਵਾ ਆਈਟੀ ਐਕਸਪਰਟ ਆ ਕੇ ਆਨਾ ਮਹੀਨੇ ਦਾ 6 ਲੱਖ ਅਰਨ ਕਰ ਰਿਆ ਤਾਂ ਇੱਥੇ ਉਹਦੀ ਮੈਂ ਵਜ੍ਹਾਤ ਕਰਾਂਗੀ ਕਿ ਉਹ ਕੋਈ ਆਈਟੀ ਐਕਸਪਰਟ ਨਹੀਂ ਕੋਈ ਔਨਲਾਈਨ ਉਹ ਸੇਲ ਨਹੀਂ ਕਰਦਾ ਕੋਈ ਉਹਦਾ ਐਸਾ ਕਾਰੋਬਾਰ ਨਹੀਂ ਹਾਂ ਲੇਕਿਨ ਆ ਆ ਕੇ ਉਹ ਲੋਧਰਾਂ ਦੇ ਜਿਹੜੇ ਉਹ ਮਤੋਂ ਲੋਕਾਂ ਜਿਨਾਂ ਨੂੰ ਚੈਨਲ ਦਾ ਨਹੀਂ ਪਤਾ ਜਾਂ ਇਹ ਇਹਨਾਂ ਨੂੰ ਵੇਖ ਕੇ ਉਹ ਚਾਹੁੰਦੇ ਆ ਕਿ ਅਸੀਂ ਵੀ ਕੁਝ ਕਰੀਏ ਕਿਉਂਕਿ ਤਕਰੀਬਨ ਸਾਰਾ ਲੋਧਰੇ ਹੀ ਨਾ YouTube ਤੇ ਹੈਗਾ ਵਾ ਤੇ ਜਿਸ ਤਰ੍ਹਾਂ ਇਹ ਆਪਣੀ ਚਾਚੀ ਦਾ 파ਟਨਾਰਾ ਇਸ ਤਰ੍ਹਾਂ ਹੀ ਆਨੇ ਖੋਦ ਲੋਗਾਂ ਦੇ ਵੀ ਚੈਨਲ ਬਣਾਏ ਹੋਏ ਹੋਣਗੇ ਕਿ ਜਦੋਂ ਚਾਚੀ ਮਹੀਨੇ ਦਾ 3 ਲੱਖ ਅਰਨ ਕਰ ਰਹੀ ਆ ਤੇ ਉਹ ਘਰ ਬੈਠੇ ਬਿਠਾਏ ਬਗੈਰ ਸਾਹਮਣੇ ਆਏ ਬਗੈਰ ਕੁਝ ਕੀਤੇ 1.5 ਲੱਖ ਦਾ ਮਾਲਿਕ ਆ ਤੇ ਇਸ ਤਰ੍ਹਾਂ ਦੇ ਅਗਰ ਉਹ 2 3 4 ਚੈਨਲ ਚਲਵਾਵੇ ਤਾਂ ਆਰਾਮ ਨਾਲ 5 6 ਲੱਖ ਤੱਕ ਕਮਾਈ ਸਕਦਾ ਨਾ ਕਿਉਂਕਿ ਲੋਦਰ ਸਾਰੇ ਕੰਮ ਪੜ੍ਹੇ ਲਿਖੇ ਲੋਕਾਂ ਉਹਨਾਂ ਦੇ ਚੈਨਲ ਹੈਂਡਲ ਕਰਦੇ ਆ ਤੇ ਜਿਸ ਤਰ੍ਹਾਂ EDP ਜਵੇਦ ਬਲੌਗ ਨਾਲ ਨਹੀਂ ਬਣਦੀ ਔਰ ਆਸੀਫ ਲੋਗ ਵਗੈਰਾ ਨਾਲ ਨਹੀਂ ਬਣਦੀ ਕਿਉਂਕਿ ਜਵੇਦ ਤੇ ਆਸੀਫ ਉਹਨਾਂ ਨੇ ਇਕੱਠਾ ਇੱਕ ਪ੍ਰੋਗਰਾਮ ਚਲਾਇਆ ਹੋਇਆ ਵਾ ਤੇ ਇਬਰਾਰ ਅਰਾਈ ਨੇ ਆਪਣਾ ਪ੍ਰੋਗਰਾਮ ਚਲਾਇਆ ਹੋਇਆ ਵਾ ਫਿਰ ਸਿਕੰਦਰ ਜਿਹੜਾ ਉਹ ਇਹਦੇ ਕੋਲ ਕੁਝ ਸਿੱਖ ਗਿਆ ਤੇ ਉਹਨੇ ਸਾਬਰਾ ਜਿਹੜੀ ਕਿ ਡੇਲੀ ਰੁਟੀਨ ਵਰਕ ਦੇ ਨਾਂ ਤੋਂ ਚੈਨਲ ਸੀ ਉਹਦਾ ਚੈਨਲ ਬਣਵਾਇਆ ਪਾਰਟਨਰਸ਼ਿਪ ਤੇ ਫਿਰ ਜਦੋਂ ਉਹਦੀ ਪਹਿਲੀ ਅਰਨਿੰਗ ਆਈ ਤੇ ਉਹਨੇ ਜਿਹੜਾ ਨਾ ਇਨੰਦੇ ਪੈਸੇ ਦੇ ਲੈਣ ਦੇਣ ਦਾ ਬਹੁਤ ਵੱਡਾ ਇਸ਼ੂ ਹੋ ਗਿਆ ਸੀ ਤੇ ਇੱਥੇ ਸਾਬਰਾ ਦੀ ਜ਼ਿਆਦਾ ਲੰਬੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਇਬਰਾਰ ਅਲੀ ਅਰਾਈਂ ਦੀ ਤੇ ਉਹ ਇਹਨੇ ਕੀ ਕਹਿਣਾ ਚਾਹਵਾਂਗੀ ਕਿ ਜਿਸ ਟਾਈਮ ਇਨਸਾਨ ਪੜ੍ਹ ਲਿਖਾ ਵੀ ਨਾ ਹੋਵੇ ਗਾਉਂ ਦਾ ਹੋਵੇ ਤੇ ਪੇ 500 ਤੇ 1000 ਵੀ ਦਿਹਾੜੀ ਮੁਸ਼ਕਿਲ ਹੋਵੇ ਤੇ ਅਗਰ ਇਹ ਕੈਮਰੇ ਦੇ ਸਾਹਮਣੇ ਆਉਣ ਨਾਲ ਤੇ ਆਪਣੀ ਰੂਟੀਨ ਸ਼ੇਅਰ ਕਰਨ ਨਾਲ ਜੇ ਤੇ ਅਗਰ ਕਿਸੇ ਨੂੰ ਸਾਰੇ ਬੈਠੇ ਆ ਮਹੀਨੇ ਦਾ 50000 ਮਿਲ ਜਾਂਦਾ ਏ ਉਸ ਤੋਂ ਜ਼ਿਆਦਾ ਭਾਵਾਂ ਇਬਰਾਰ ਅਲੀਆ ਰਾਈ ਖੁਦ ਵੀ ਰੱਖੇ ਤਾਂ ਉਹ ਇਹ ਮਜਬੂਰੀਆਂ ਜਿਹੜੀਆਂ ਨਾ ਗਰੀਬ ਲੋਕ ਵੇਚਦੇ ਆ ਤੇ ਇਹੋ ਜਿਹਾ ਚਲਾਕ ਲੋਕ ਜਿਹੜੇ ਆ ਉਹ ਉਹਨਾਂ ਦੀ ਮਜਬੂਰੀਆਂ ਤੋਂ ਫਾਇਦਾ ਚੱਕਦੇ ਆ ਤੇ ਬਸ ਇਹਨੇ ਕਹਿਣਾ ਚਾਹਾਂਗੀ ਕਿ ਸ਼ਹਿਰ ਦੇ ਲੋਕ ਤਾਂ ਵੈਸੇ ਹੀ ਬਦਨਾਮ ਆ ਲੇਕਿਨ ਦਿਹਾੜ ਦੇ ਲੋਕ ਜਿਹੜੇ ਆ ਉਹ ਚਲਾਕੀਆਂ ਚਿੱਤੇ ਮਕਾਰੀਆਂ ਸ਼ਹਿਰ ਦੇ ਲੋਕ ਤੋਂ ਬਹੁਤ ਅੱਗੇ ਵਧ ਗਏ ਆ ਸ਼ਹਿਰ ਦੇ ਲੋਕੋਂ ਤੋਂ ਤੱਕ ਸੋਚ ਵੀ ਨਹੀਂ ਸਕਦੇ ਜਿਹੜੇ ਕਿ ਦਿਹਾੜੇ ਦੇ ਲੋਕ ਕੰਮ ਵਖਾਣ ਲੱਗੇ ਆ ਤੇ ਅੱਜ ਲਈ ਇਹ ਨਾ ਕਹਿਣਾ ਚਾਹਾਂਗੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਦੁਆਵਾਂ ਵਿੱਚ ਯਾਦ ਰੱਖਣਾ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼